ਹੈਲੋ एवरीवन ਮੈਂ ਹਾਂ ਅਮਿਤ ਐਂਡ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਜੀ ਪਾਠਸ਼ਾਲਾ ਸੋ ਇਸ ਬਾਰੀ ਪਾਠਸ਼ਾਲਾ ਦੇ ਉੱਤੇ ਲੈ ਕੇ ਆਇਆ ਮੈਂ ਇੱਕ ਨਵੇਂ ਟਾਈਪ ਦੀ ਵੀਡੀਓ ਜੋ ਹੈ ਇੰਡੀਆ ਦੀ ਰਿਵਰ ਸਿਸਟਮ ਦੀ ਵੀਡੀਓ ਠੀਕ ਹੈ ਜੀ ਸੋ ਇਸ ਦੇ ਵਿੱਚ ਇੰਪੋਰਟੈਂਟ 30 ਕੁਐਸਚਨਸ ਹੋਣਗੇ ਜੋ ਵਨ ਲਾਈਨਰ ਕੁਐਸਚਨਸ ਹੋਣਗੇ ਜੋ ਬਹੁਤ ਹੀ ਇੰਪੋਰਟੈਂਟ ਨੇ ਠੀਕ ਹੈ ਐਗਜ਼ਾਮ ਪੁਆਇੰਟ ਆਫ View ਨੂੰ ਲੈ ਕੇ ਸੋ ਉਹੀ ਤੁਹਾਡੇ ਲਈ ਲੈ ਕੇ ਆਇਆ ਮੈਂ ਇੰਡੀਅਨ ਰਿਵਰ ਸਿਸਟਮ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੋਟੀਵੇਸ਼ਨਲ ਕੋਟ ਦੀ ਜੀ ਠੀਕ ਹੈ ਸੋ ਇਟ ਆਲਵੇਜ਼ ਸੀਮਸ ਇੰਪੋਸੀਬਲ ਅੰਟਿਲ ਇਟ ਇਜ਼ ਡਨ ਇਹ ਉਦੋਂ ਤੱਕ ਸਾਨੂੰ ਇੰਪੋਸੀਬਲ ਲੱਗਦਾ ਹੈ ਜਦੋਂ ਤੱਕ ਇਹਨੂੰ ਅਸੀਂ ਕਰਦੇ ਨਹੀਂ ਇਹ ਨੈਲਸਨ ਮੰਡੇਲਾ ਦਾ ਇੱਕ ਮੋਟੀਵੇਸ਼ਨਲ ਕੋਟ ਹੈ ਬੜਾ ਹੀ ਅੱਛਾ ਮੋਟੀਵੇਸ਼ਨਲ ਕੋਟ ਹੈ ਬਿਲਕੁਲ ਸਹੀ ਕਿਹਾ ਉਹਨਾਂ ਨੇ ਉਦੋਂ ਤੱਕ ਅਸੀਂ ਉਰਤਕ ਜਰੂਰ ਤੱਕ ਕੋਈ ਕੰਮ ਹੁੰਦਾ ਨਹੀਂ ਉਰਤਕ ਉਹ ਇੰਪੋਸੀਬਲ ਲੱਗਦਾ ਹੈ ਠੀਕ ਹੈ ਨਾ ਜੀ ਕਿ ਇਹ ਕੰਮ ਨਹੀਂ ਹੋ ਸਕਦਾ ਜਦੋਂ ਹੋ ਜਾਂਦਾ ਉਹਦੋ ਪੋਸੀਬਲ ਬਣ ਜਾਂਦਾ ਸੋ ਹਰੇਕ ਕੰਮ ਨੂੰ ਪੋਸੀਬਲ ਬਣਾਓ ਇਹ ਤੁਹਾਡੀ ਡਿਊਟੀ ਹੈ ਤੁਹਾਡਾ ਕੰਮ ਹੈ ਪਹਿਲਾ ਕੁਐਸਚਨ ਵਿਚ ਰਿਵਰ ਸਰਵਸ ਦਾ ਲਾਰਜੈਸਟ ਕਲਟੀਵੇਬਲ ਏਰੀਆ ਕਿਹੜੀ ਰਿਵਰ ਹੈ ਇਦਾਂ ਦੀ ਜਿਹੜੀ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਲਟੀਵੇਬਲ ਏਰੀਆ ਜਿਹਦੇ ਜੋ ਸਰਵ ਕਰਦੀ ਹੈ ਠੀਕ ਹੈ ਸੋ ਵੈਰੀ ਇੰਪੋਰਟੈਂਟ ਆਨਸਰ ਹੈ ਗੰਗਾ ਰਿਵਰ ਠੀਕ ਹੈ ਜੀ ਨੈਕਸਟ ਕੁਐਸਚਨ ਵਿਚ ਰਿਵਰ ਜੁਆਇਨਸ ਗੰਗਾ ਫਰੋਮ ਸਾਊਥ ਸਾਈਡ ਸਾਊਥ ਸਾਈਡ ਤੋਂ ਗੰਗਾ ਰਿਵਰ ਨੂੰ ਕਿਹੜੀ ਰਿਵਰ ਹੈ ਜਿਹੜੀ ਜੁਆਇਨ ਕਰਦੀ ਆ ਸੋ ਉਹ ਹੈ ਜੀ ਸੋਨ ਰਿਵਰ 3rd ਕੁਐਸਚਨ ਵਿਚ ਇਜ਼ ਦ ਨੈਸ਼ਨਲ ਰਿਵਰ ਆਫ ਇੰਡੀਆ ਨੈਸ਼ਨਲ ਰਿਵਰ ਕਿਹੜੀ ਹੈ ਜੀ ਆਬਵੀਅਸ ਗੰਗਾ ਰਿਵਰ ਰਾਈਟ ਸੋ ਜਲਦੀ ਜਲਦੀ ਇਹਨੂੰ ਕਰਾਂਗੇ ਵੀਡੀਓ ਨੂੰ ਤਾਂ ਕਿ ਤੁਹਾਡਾ ਵੀ ਟਾਈਮ ਨਾ ਜ਼ਿਆਦਾ ਵੇਸਟ ਹੋਵੇ ਅੰਤ ਤੱਕ ਬਣੇ ਰਹੋ ਜ਼ਰੂਰ ਤੇ ਦੇਖੀਂ ਦੇਖਦੇ ਰਹੋ ਔਰ ਪ੍ਰੋਪਰਲੀ ਸਾਰੇ ਕੁਐਸਚਨਸ ਨੂੰ ਅ ਦੇਖਿਓ ਠੀਕ ਹੈ ਵੋਚ ਕਰਿਓ ਵਿਚ ਰਿਵਰ ਫਲੋਸ ਫਰੋਮ ਦਾ ਇੰਡੀਆ ਟੂ ਪਾਕਿਸਤਾਨ ਇੰਡੀਆ ਤੋਂ ਪਾਕਿਸਤਾਨ ਕਿਹੜੀ ਜਾਂਦੀ ਹੈ ਜੀ ਸਤਲੁਜ ਰਿਵਰ ਠੀਕ ਹੈ ਘਗਰਾ ਐਂਡ ਸੋਨ ਆਰ ਦਾ ਟ੍ਰਿਬਿਊਟਰੀਜ਼ ਆਫ ਘੱਗਰ ਤੇ ਜਿਹੜੀ ਸੋਨ ਆ ਉਹ ਕਿਹਦੀ ਰਿਵਰ ਦੀਆਂ ਟ੍ਰਿਬਿਊਟਰੀਜ਼ ਨੇ ਸੋ ਆਬਵੀਅਸਲੀ ਗੰਗਾ ਰਿਵਰ ਦੀਆ ਠੀਕ ਹੈ ਵਿਚ ਰਿਵਰ ਇਜ਼ ਨੋਨ ਐਜ਼ ਅ ਸੋਰੋ ਆਫ ਬੰਗਾਲ ਕਿਹੜੀ ਰਿਵਰ ਐਦਾ ਦੀਆ ਜਿਹਨੂੰ ਸੋਰੋ ਆਫ ਬੰਗਾਲ ਦੇ ਨਾਮ ਨਾਲ ਜਾਣਿਆ ਜਾਂਦਾ ਬਹੁਤ ਵਾਰੀ ਕੁਐਸਚਨ ਇਹ ਪੁੱਛਿਆ ਗਿਆ ਸੋ ਆਨਸਰ ਆ ਜਾਏਗਾ ਜੀ ਦਮੋਦਰ ਰਿਵਰ ਸੈਵਨਥ ਕੁਐਸਚਨ ਵਿਚ ਇਜ਼ ਦਾ ਸ਼ਾਰਟੈਸਟ ਰਿਵਰ ਆਫ ਇੰਡੀਆ ਕਿਹੜੀ ਰਿਵਰ ਹੈ ਇੰਡੀਆ ਦੀ ਜੋ ਸਭ ਤੋਂ ਛੋਟੀ ਹੈ ਠੀਕ ਹੈ ਸੋ ਆਨਸਰ ਆ ਜਾਏਗਾ ਜੀ ਅਰਵਾਰੀ ਅਰਵਾਰੀ ਰਿਵਰ ਅਰਵਰੀ ਰਿਵਰ ਰਾਵਲੀਸ ਚਾਹੇ ਠੀਕ ਹੈ ਵਿਚ ਇਜ਼ ਦਾ ਲੌਂਗੇਸਟ ਰਿਵਰ ਆਫ ਪਾਕਿਸਤਾਨ ਪਾਕਿਸਤਾਨ ਦੀ ਰਿਵਰ ਵੀ ਇਹਦੇ ਵਿੱਚ ਇੱਕ ਕੁਐਸਚਨ ਆ ਗਿਆ ਸੋ ਇੰਡਸ ਹੈ ਸੋ ਇੰਡਸ ਐਕਚੁਅਲੀ ਦੇ ਵਿੱਚ ਆਪਣੇ ਚੋ ਵੀ ਨਿਕਲਦੀ ਤੇ ਅੱਗੇ ਵੀ ਜਾਂਦੀ ਹੈ ਸੋ ਇੰਡੀਆ ਜਿਹੜੀ ਪਾਕਿਸਤਾਨ ਆ ਉਹਦੀ ਲੋਂਗੇਸਟ ਰਿਵਰ ਕਿਹੜੀ ਬਣ ਜਾਂਦੀ ਹੈ ਜੀ ਪਾਕਿਸਤਾਨ ਦੀ ਇੰਡਸ ਆ ਜਾਂਦੀ ਹੈ ਦਾ ਮੂਸੀ ਐਂਡ ਭੀਮਾ ਆਰ ਦਾ ਟ੍ਰਿਬਿਊਟਰੀਜ਼ ਆਫ ਮੂਸੀ ਤੇ ਭੀਮਾ ਕੀ ਨੇ ਦੋ ਰਿਵਰਸ ਨੇ ਉਹ ਕਿਹਦੀਆਂ ਟ੍ਰਿਬਿਊਟਰੀਜ਼ ਨੇ ਕਿਹਦੇ ਚ ਜਾ ਕੇ ਮਿਲਦੀਆਂ ਨੇ ਠੀਕ ਆ ਸੋ ਆਨਸਰ ਇਜ਼ ਕ੍ਰਿਸ਼ਨਾ ਰਿਵਰ ਕ੍ਰਿਸ਼ਨਾ ਰਿਵਰ ਦੀ ਟ੍ਰਿਬਿਊਟਰੀਜ਼ ਨੇ ਹੈ ਦਾ ਓਰੀਜਨ ਆਫ ਕ੍ਰਿਸ਼ਨਾ ਰਿਵਰ ਹੁਣ ਇਹ ਸਾਰੇ ਦੋ ਚਾਰ ਕੁਐਸਚਨਸ ਆਣਗੇ ਜਿਹੜੇ originਸ ਬਾਰੇ ਗੱਲ ਕਰਾਂਗੇ origin ਆਫ ਕ੍ਰਿਸ਼ਨਾ ਰਿਵਰ ਕਿੱਥੋਂ originੇਟ ਹੁੰਦੀ ਹੈ ਕ੍ਰਿਸ਼ਨਾ ਰਿਵਰ ਹੈ ਜੋ ਸਾਊਥ ਦੇ ਵਿੱਚ ਠੀਕ ਆ ਸੋ ਆਨਸਰ ਆ ਜਾਏਗਾ ਜੀ ਮਹਾਬਲੇਸ਼ਵਰ ਮਹਾਰਾਸ਼ਟਰ ਵਿੱਚ ਠੀਕ ਹੈ 11ਵਾਂ ਕੁਐਸਚਨ ਆ ਗਿਆ ਜੀ ਦਾ origin ਆਫ ਗੋਦਾਵਰੀ ਰਿਵਰ ਗੋਦਾਵਰੀ ਰਿਵਰ ਹੈ ਜਿਹੜੀ ਉਹਦਾ origin ਜਾਂ originੇਟ ਕਿੱਥੋਂ ਹੁੰਦੀ ਹੈ ਸੋ ਆਨਸਰ ਆ ਜਾਏਗਾ ਜੀ 나ਸਿਕ ਇਹ ਵੀ ਮਹਾਰਾਸ਼ਟਰ ਦੇ ਵਿੱਚ ਹੈ ਜੀ 12th ਕੁਐਸਚਨ ਦਾ origin ਆਫ ਇੰਡਸ ਰਿਵਰ ਇੰਪੋਰਟੈਂਟ ਬਹੁਤ ਹੈ ਲੇਕ ਮਾਨਸਰੋਵਰ ਠੀਕ ਹੈ ਇਹਨੂੰ ਸੋ ਪਾਲਮ ਵੀ ਕਹਿੰਦੇ ਨੇ ਠੀਕ ਹੈ ਚਾਈਨਾ ਚੋਂ ਹੈ ਲੇਕ ਮਾਨਸਰੋਵਰ ਠੀਕ ਹੈ ਤਿੱਬਤ ਸੋ 13th ਕੁਐਸਚਨ ਹੈ ਦਾ origin ਆਫ ਗੰਗਾ ਰਿਵਰ ਜੀ ਹਾਂ ਗੰਗਾ ਰਿਵਰ ਦੀ ਜਿਹੜੀ originੇਸ਼ਨ ਆ ਉਹ ਕਿੱਥੋਂ ਹੁੰਦੀ ਆ originate ਕਿੱਥੋਂ ਹੁੰਦੀ ਆ ਗੰਗਾ ਰਿਵਰ ਸੋ ਆਨਸਰ ਆ ਜਾਏਗਾ ਜੀ ਗੰਗੋਤਰੀ ਉੱਤਰਾਖੰਡ ਦੇ ਵਿੱਚ ਠੀਕ ਹੈ ਇੱਕ ਗਲੇਸ਼ੀਅਰ ਆ ਗੰਗੋਤਰੀ ਗਲੇਸ਼ੀਅਰ ਉੱਤਰਾਖੰਡ ਦੇ ਵਿੱਚ ਉੱਥੋਂ ਕੀ ਹੈ गंगा रिवर जड़ी है ओरिजिनेट कर दी है ठीक है जी इंपॉर्टेंट क्वेश्चन ने सारे एक बार देखने जरूरी ने इंपॉर्टेंट ने सारे के सारे फोर्टीन क्वेश्चन द ओरिजिन ऑफ यमुना रिवर यमुना रिवर है जी ओरीजिनेट कितों होंगी जी यमुन यमुनोत्री ग्लेशियर ठीक है जी ये भी है जी उत्तराखंड यमुनोत्री याद रखियो इन्हों फिफ्टन क्वेश्चन द ओरिजिन ऑफ ब्रह्मपुत्र रिवर वेरी इंपॉर्टेंट ब्रह्मपुत्र रिवर चेमयोंग डंग ग्लेशियर ठीक है चाइना राइट 16th ਕੁਐਸਚਨ ਹੈ ਜੀ ਦ ਰਿਜਨ ਆਫ ਜੇਲਮ ਰਿਵਰ ਵੈਰੀਨਾਗ ਏ ਹੈ ਵੈਰੀਨਾਗ ਜੰਮੂ ਐਂਡ ਕਸ਼ਮੀਰ ਦੇ ਵਿੱਚ ਠੀਕ ਆ ਸੋ ਰਿਜਨ ਆਫ ਸਤਲੁਜ ਰਿਵਰ ਵੈਰੀ ਇੰਪੋਰਟੈਂਟ ਮਾਉਂਟ ਕਲਾਸ਼ ਠੀਕ ਹੈ ਜੀ 18th ਕੁਐਸਚਨ ਦੀ ਗੱਲ ਕਰਦੇ ਆ ਵਿਚ ਰਿਵਰ ਇਜ਼ ਕਾਲਡ ਦਾ ਸੋਰੋ ਆਫ ਬਿਹਾਰ ਸੋਰੋ ਆਫ ਬਿਹਾਰ ਦੀ ਜਿਹੜੀ ਰਿਵਰ ਆ ਉਹ ਕਿਹੜੀ ਹੈ ਜੀ ਕੋਸੀ ਰਿਵਰ ਨਾਲ ਜਾਣਿਆ ਜਾਂਦਾ ਹੈ ਸੋ ਨੈਕਸਟ ਕੁਸ਼ਨ ਤੇ ਆ ਜਾਂਦੇ ਆ ਜੀ ਬ੍ਰह्मਪੁੱਤਰ ਰਿਵਰ ਐਂਟਰ ਇੰਡੀਆ ਥਰੂ ਬ੍ਰह्मਪੁੱਤਰ ਰਿਵਰ ਐ ਜਿਹੜੀ ਉਹ ਇੰਡੀਆ ਦੇ ਵਿੱਚ ਕਿਹਦੇ ਥਰੂ ਐਂਟਰ ਹੁੰਦੀ ਆ ਕਿਹੜੀ ਇਦਾਂ ਦੀ ਸਟੇਟ ਆ ਸੋ ਆਨਸਰ ਆ ਜਾਏਗਾ ਜੀ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦੀ ਹੋ ਕੇ ਇਹ ਕੀ ਕਰਦੀ ਆ ਇੰਡੀਆ ਦੇ ਵਿੱਚ ਰਿਵਰ ਐ ਜਿਹੜੀ ਉਹ ਐਂਟਰ ਕਰਦੀ ਆ ਠੀਕ ਹੈ ਜੀ the river brahmaputra is known by what name in arunachal pradesh brahmaputra nu no arunachal pradesh de vich ik nave naam nal jana janda us da naam ki hai ji so answer a jayega ji dihang or siang river next one 21st question the indus water treaty was signed between india and pakistan india te pakistan de vich indus water jo jo indus uh, uh, water system hai ਉਹਦੀ ਜਿਹੜੀ ਟ੍ਰੀਟੀ ਹੋਈ ਹੋਈ ਹੈ ਸਾਈਨ ਹੋਈ ਹੋਈ ਹੈ ਠੀਕ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਉਹ ਕਦੋਂ ਹੋਈ ਸੀ ਉਹ ਹੋਈ ਸੀ ਜੀ 19 ਸੈਪਟੈਂਬਰ 1960 19 ਸੈਪਟੈਂਬਰ 1960 ਦੇ ਵਿੱਚ ਉਹ ਟ੍ਰੀਟੀ ਸਾਈਨ ਹੋਈ ਸੀ ਨੈਕਸਟ 22 ਸੈਕੰਡ ਕੁਐਸਚਨ ਸਰ ਸਰਦਾਰ ਸਰੋਵਰ ਡੈਮ ਬਹੁਤ ਵਾਰੀ ਪੁੱਛਿਆ ਗਿਆ ਹੈ ਇਹ ਕੁਐਸਚਨ ਸਰਦਾਰ ਸਰੋਵਰ ਡੈਮ ਇਜ਼ ਔਨ ਵਿਚ ਰਿਵਰ ਸੋ ਆਨਸਰ ਆ ਜਾਏਗਾ ਜੀ ਨਰਮਦਾ ਰਿਵਰ 23rd ਕੁਐਸ਼ਨ ਵਿਚ ਇਜ਼ ਦ ਲੌਂਗੇਸਟ ਇਰੀਗੇਸ਼ਨ ਕਨਾਲ ਇਨ ਇੰਡੀਆ ਸਭ ਤੋਂ ਜ਼ਿਆਦਾ ਲੌਂਗੇਸਟ ਇਰੀਗੇਸ਼ਨ ਕਨਾਲ ਕਿਹੜੀ ਬਣਦੀ ਹੈ ਇੰਦਰਾ ਗਾਂਧੀ ਕਨਾਲ ਠੀਕ ਹੈ ਜੀ 24th ਕੁਐਸ਼ਨ ਫੋਰਟ ਵਿਲੀਅਮਸ ਜੋ ਕਿ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਇੱਕ ਅੰਗਰੇਜ਼ਾਂ ਦਾ ਇੱਕ ਕਿਲਾ ਕਹਿ ਸਕਦੇ ਹਾਂ ਠੀਕ ਹੈ ਸੋ ਉਸ ਟਾਈਮ ਦਾ ਜੋ ਹੈ ਇਹ ਕਿਸ ਰਿਵਰ ਦੇ ਉੱਤੇ ਬਣਿਆ ਹੋਇਆ ਹੈ ਇਹ ਵੀ ਇੰਪੋਰਟੈਂਟ ਕੁਐਸ਼ਨ ਹੈ ਜੀ ਹੁਗਲੀ ਰਿਵਰ ਦੇ ਉੱਤੇ ਠੀਕ ਹੈ 오ਡੀਸ਼ਾ ਦੇ ਵਿੱਚ ਭਾਖੜਾ ਨੰਗਲ ਡੈਮ ਇਜ ਬਿਲਟ ਔਨ ਵਿਚ ਰਿਵਰ ਭਾਖੜਾ ਨੰਗਲ ਡੈਮ ਹੈ ਜੋ ਉਹ ਕਿਹੜੀ ਨਦੀ ਤੇ ਬਣਿਆ ਹੈ ਠੀਕ ਹੈ ਸੋ ਉਹ ਆ ਜਾਏਗਾ ਜੀ ਆਨਸਰ ਸਤਲੁਜ ਰਿਵਰ ਮੋਸਟਲੀ ਪਤਾ ਹੋਣਾ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਖਾਸ ਕਰਕੇ 26 ਕੁਐਸਚਨ ਦਾ ਪੋਂਗ ਡੈਮ ਇਜ ਕੰਸਟਰਕਟਿਡ ਔਨ ਰਿਵਰ ਪੋਂਗ ਡੈਮ ਹੈ ਜੋ अच्छा पोंग डैम ਦਾ ਨਾ ਇੱਕ ਤੁਸੀਂ ਅਨਦਰ ਨੇਮ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਚ ਜੁੜ ਦੱਸਿਓ ਬੇਟਾ ਜੋ ਜੋ ਇਸ ਵੀਡੀਓ ਨੂੰ ਦੇਖ ਰਿਹਾ ਸੋ ਉਹ ਪੌਂਗ ਡੈਮ ਦਾ ਜੋ ਅਨਦਰ ਨੇਮ ਹੈ ਉਹ ਹੋਰ ਆਪਣਾ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਠੀਕ ਹੈ ਤਾਂ ਕਿਹੜੀ ਰਿਵਰ ਤੇ ਹੈ ਪੌਂਗ ਡੈਮ ਬਿਆਸ ਰਿਵਰ ਤੇ ਰਾਈਟ ਜੀ ਬਿਆਸ ਰਿਵਰ ਹਾਂਜੀ ਨੈਕਸਟ ਆ ਜਾਏਗਾ ਜੀ 27th ਕੁਐਸਚਨ ਵਿਚ ਰਿਵਰ ਇਜ਼ ਕਾਲਡ ਇੰਟਰਨੈਸ਼ਨਲ ਰਿਵਰ ਇਹ ਇੰਟਰਨੈਸ਼ਨਲ ਰਿਵਰ ਮਤਲਬ ਆਬੀਅਸ ਹੈ ਕਿ ਪੂਰੇ ਇੰਡੀਆ ਚ ਵੀ ਆਸ ਕੇ ਆ ਕਿਤੇ ਹੋਰ ਵੀ ਹੋ ਸਕਦੀ ਹੈ ਤਾਂ ਇੰਟਰਨੈਸ਼ਨਲ ਰਿਵਰ ਇਹਨੂੰ ਕਿਹਾ ਜਾਂਦਾ ਹੈ ਦ ਨਿਊ ਬਰੀਵਰ ਇਹ ਕਿੱਥੇ ਹੈ ਜੀ ਯੂਰਪ ਦੇ ਵਿੱਚ ਹੈ ਦੈਨਿਊ ਰੀਵਰ ਆ ਇੰਡੀਅਸ ਰਿਵਰ ਸਿਸਟਮ ਤੋਂ ਥੋੜਾ ਜਿਹਾ ਅਲੱਗ ਕੁਐਸ਼ਨ ਹੈ ਲੇਕਿਨ ਇੰਪੋਰਟੈਂਟ ਹੈ ਤਾਂ ਦੇਖ ਵਿੱਚ ਕੁਐਸ਼ਨ ਪਤਾ ਦੈਨਿਊ ਰੀਵਰ ਆ ਜੋ ਯੂਰਪ ਦੇ ਵਿੱਚ ਉਹਨੂੰ ਇੰਟਰਨੈਸ਼ਨਲ ਰੀਵਰ ਦੇ ਨਾਮ ਨਾਲ ਜਾਣਿਆ ਜਾਂਦਾ 28th ਕੁਐਸ਼ਨ ਵਿੱਚ ਰਿਵਰ ਇਜ਼ ਕਾਲਡ ਅ ਸਾਲਟ ਰਿਵਰ ਵੈਰੀ ਇੰਪੋਰਟੈਂਟ ਐਂਡ ਈਜ਼ੀ ਠੀਕ ਹੈ ਸਾਲਟ ਮਤਲਬ ਨੂਨ ਨੂਨ ਮਤਲਬ ਲੂਣੀ ਰਿਵਰ ਰੂਣੀ ਰਿਵਰ ਹੈ ਕਿੱਥੇ ਹੈ ਜੀ ਰਾਜਸਥਾਨ ਦੇ ਵਿੱਚ ਠੀਕ ਹੈ ਵਿਚ ਇਜ਼ ਦ ਡੀਪੈਸਟ ਰਿਵਰ ਵੈਲੀ ਵੈਲੀ ਹੁੰਦੀ ਹੈ ਕਿ ਜਿੱਥੇ ਮਨ ਲਓ ਕਿ ਇੱਕ ਤਰੀਕੇ ਨਾਲ ਰਿਵਰਸ ਆ ਕੇ ਮਿਲ ਜਾਂਦੀਆਂ ਨੇ ਸੈਂਟਰ ਆਲੇ-ਦਲੇ ਮਾਊਂਟੇਨਸ ਹੁੰਦੇ ਨੇ ਡੀਪੈਸਟ ਰਿਵਰ ਵੈਲੀ ਕਿੱਥੇ ਆ ਇੰਡੀਆ ਦੇ ਵਿੱਚ ਸੋ ਇਹ ਜੀ ਬਾਗੀਰਥੀ ਤੇ ਅਲਕਨੰਦਾ ਜਿੱਥੇ ਮੀਟ ਕਰਦੀਆਂ ਨੇ ਉਸ ਜਗ੍ਹਾ ਦੇ ਉੱਤੇ ਡੀਪੈਸਟ ਰਿਵਰ ਵੈਲੀ ਹੈ ਜੀ ਠੀਕ ਹੈ 29th ਕੁਐਸਚਨ ਐਂਡ 3rd ਲਾਸਟ ਕੁਐਸਚਨ ਵਿਚ ਇਜ਼ ਦਾ ਲੋਂਗੇਸਟ ਡੈਮ ਇਨ ਇੰਡੀਆ ਇੰਡੀਆ ਦੇ ਵਿੱਚ ਸਭ ਤੋਂ ਲੋਂਗੇਸਟ ਡੈਮ ਕਿਹੜਾ ਹੈ ਠੀਕ ਹੈ ਉਹਦਾ ਆਨਸਰ ਤੁਸੀਂ ਦੇਖਣਾ ਆਨਸਰ ਆ ਜਾਏਗਾ ਹੀਰਾਕੋ ਡੈਮ ਠੀਕ ਹੈ ਸੋ ਹੀਰਾਕੋ ਡੈਮ ਹੈ ਜਿਹੜਾ ਇਹ ਗਲਤ ਲਿਖਿਆ ਗਿਆ ਹੈ ਹੀਰਾਕੋ ਡੈਮ ਯੂਰਪ ਚ ਨਹੀਂ ਹੈ ਇਹ ਗਲਤ ਹੋ ਗਿਆ ਮਿਸਟੇਕ ਬਾਈ ਮਿਸਟੇਕ ਹੋ ਗਿਆ ਹੀਰਾਕੋ ਡੈਮ ਹੈ ਜਿਹੜਾ ਇੰਡੀਆ ਦਾ ਲੋਂਗੇਸਟ ਡੈਮ ਹੈ ਜੀ ਠੀਕ ਹੈ ਸੋ ਹੋਮਵਰਕ ਕੁਐਸ਼ਨ ਜੋ ਹਮੇਸ਼ਾ ਹੀ ਪੁੱਛਿਆ ਜਾਂਦਾ ਹੈ ਉਹ ਇਹਦੇ ਵਿੱਚ ਵੀ ਪੁੱਛਿਆ ਜਾਏਗਾ ਰਿਗਾਰਡਿੰਗ ਸਾਡੀ ਰਿਵਰ ਸਿਸਟਮ ਸੋ ਵਿਚ ਰਿਵਰ ਇਜ਼ ਨੋਨ ਐਸ ਦਾ ਦੱਖਣ ਗੰਗਾ ਕਿਹੜੀ ਰਿਵਰ ਆ ਜੋ ਇੰਡੀਆ ਦੀ ਉਹਨੂੰ ਦਕਸ਼ਨ ਗੰਗਾ ਯਾਨੀ ਕਿ ਸਾਊਥ ਦੀ ਇੱਕ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਹਿੰਟ ਤੁਹਾਡੇ ਲਈ ਇੱਕ ਹੈਗਾ ਹੀ ਆ ਕਿ ਦਕਸ਼ਨ ਮਤਲਬ ਸਾਊਥ ਤਾਂ ਸਾਊਥ ਦੇ ਵਿੱਚ ਰਿਵਰ ਕਿਹੜੀ ਇਦਾਂ ਦੀ ਆ ਜਿਹਨੂੰ ਕੀ ਕਿਹਾ ਜਾਂਦਾ ਹੈ ਦਕਸ਼ਨ ਗੰਗਾ ਸੋ ਆਪਣਾ ਆਨਸਰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਠੀਕ ਹੈ ਜੀ ਸੋ ਜੇ ਜਿਹੜੇ ਬੱਚਿਆਂ ਨੂੰ ਇਹ ਵੀਡੀਓ ਅੱਛੀ ਲੱਗੀ ਆ ਉਨ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਜਾਣ ਕੇ ਜਾਂ ਤੋਂ ਜ਼ਿਆਦਾ ਬੱਚੇ ਇਹਨੂੰ ਦੇਖ ਸਕਣ ਬਿਕੋਜ਼ ਇਹ ਵਨ ਲਾਈਨਰ ਆ ਠੀਕ ਆ ਇਹ ਵਨ ਲਾਈਨਰ ਆ ਹੌਲੀ ਹੌਲੀ ਕਰਕੇ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਵੀਡੀਓਜ਼ ਮੈਂ ਲੈ ਕੇ ਆਉਂਗਾ ਤੁਹਾਡੇ ਲਈ ਸੋ ਤਦ ਉਦੋਂ ਤੱਕ ਥੈਂਕ ਯੂ ਸੋ ਮੱਚ ਗਾਇਜ਼ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਜਿਹੜੇ ਜਿਹੜੇ ਬੱਚਿਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਸਬਸਕ੍ਰਾਈਬ ਕਰ ਲੈਣ ਠੀਕ ਹੈ ਔਰ ਬੈਲ ਆਈਕਨ ਦਾ ਬਟਨ ਆ ਜਿਹੜਾ ਉਹਨੂੰ ਜ਼ਰੂਰ ਦਬਾ ਦਿਓ। ਥੈਂਕ ਯੂ ਸੋ ਮੱਚ ਗਾਇਸ।